ਉਹ ਉਹਨਾਂ ਦਾ ਸੈਂਟਮ ਸਿੰਟੋਰਮ ਆ ਸੈਂਟਮ ਸੰਤੋਰਮ ਦਾ ਮਤਲਬ ਹੁੰਦਾ ਹੋਲੀਸਟ ਆਫ ਦੀ ਗੁਰੂ ਸਭ ਤੋਂ ਪਵਿੱਤਰ ਜਗ੍ਹਾ ਵੀ ਉਸ ਤੇ ਹਮਲਾ ਹੋਇਆ ਔਰ ਇਹਨਾਂ ਨੂੰ ਪ੍ਰੋਵੋਕੇਸ਼ਨ ਹੋਈ ਪ੍ਰੋਵੋਕੇਸ਼ਨ ਹੋਈ ਤਾਂ ਫਿਰ ਉਸ ਪ੍ਰੋਵੋਕੇਸ਼ਨ ਤੋਂ ਬਾਅਦ ਕਤਲ ਹੋਣ ਤੋਂ ਪਹਿਲਾਂ ਤਿਆਰੀ ਪੂਰੀ ਸੀ ਪੂਰੀ ਤਿਆਰੀ ਸੀ ਵੀ ਜੇ ਕੋਈ ਐਸਾ ਇੱਕਾ ਦੁੱਕਾ ਹੋ ਗਿਆ ਤਾਂ ਸਿੱਖਾਂ ਨਾਲ ਕੀ ਕਰਨਾ ਉਹਨਾਂ ਦੀ ਪੂਰੀ ਪਲੈਨ ਐਸਟੈਬਲਿਸ਼ ਬਣੀ ਹੋਈ ਸੀ ਤਾਂ ਉਹ ਪਲੈਨ ਜਿਹੜੀ ਸੀ ਅਨਫੋਲਡ ਹੋਣ ਲੱਗ ਅਖਬਾਰਾਂ ਦੇ ਤੇ ਅਖਬਾਰਾਂ 'ਚ ਖਬਰਾਂ ਦੇਣ ਲੱਗ ਗਏ ਕਿ ਖੂਨ ਕਾ ਬਦਲਾ ਖੂਨ ਟੀਵੀ 'ਚ ਖਬਰ ਆਉਣ ਲੱਗ ਗਈ ਖੂਨ ਕਾ ਬਦਲਾ ਖੂਨ ਐਸੀ ਖਬਰ ਛਪਣ ਲੱਗ ਗਈ ਕਿ ਪੰਜਾਬ ਦੇ ਵਿੱਚ ਗੱਡੀਆਂ ਭਰੀਆਂ ਆ ਰਹੀਆਂ ਮਾਰੇ ਹੋਏ ਵੱਡੇ ਹੋਏ ਕਾਤਲ ਕਤਲ ਕੀਤੇ ਹੋਏ ਵੀਰਾਂ ਦੀ ਸਾਰੇ ਦਿੱਲੀ ਦੇ ਵਿੱਚ ਜਿੰਨੇ ਵਾਟਰ ਪਾਰਕ ਸੀ ਉਹਨਾਂ 'ਚ ਜ਼ਹਿਰ ਪਾ ਕੇ ਸਿੱਖਾਂ ਨੇ ਐਸੀਆਂ ਖਬਰਾਂ ਇਹੋ ਜਿਹੇ ਅਖਬਾਰਾਂ 'ਚ ਜਿਹਨਾਂ ਦੀ ਕੋਈ ਥੋੜ੍ਹੀ ਬਹੁਤੀ ਕ੍ਰੈਡੀਬਿਲਿਟੀ ਸੀ ਜਿਹਨਾਂ ਨੂੰ ਸਿਰਫ ਸਮਝਦੇ ਸੀ ਵੀ ਠੀਕ ਅਖਬਾਰ ਆ ਉਹ ਆਉਣ ਲੱਗ ਗਈਆਂ ਇੰਨੀ ਪ੍ਰੋਵੋਕੇਸ਼ਨ ਹੋ ਗਈ ਇੰਨੀ ਹੀਟ ਜਨਰੇਟ ਹੋ ਗਈ ਕਿ ਉਹ ਕਹਿਣ ਵੀ ਸਿੱਖ ਦੇ ਨਾਲ ਜੋ ਗੱਲ ਲੱਗਦੀ ਵੀ ਹੈ ਸ਼ਬਦ ਦੀ ਖਤਮ ਸਿੱਖ ਦੇ ਨਾਲ ਜੇ ਗ੍ਰੰਥ ਲੱਗਦਾ ਗ੍ਰੰਥ ਹੀ ਖਤਮ ਕਰ ਦਿਓ ਸਿੱਖ ਦੇ ਨਾਲ ਜੇ ਗੁਰਦੁਆਰਾ ਲੱਗਦਾ ਗੁਰਦੁਆਰੇ ਨੂੰ ਵੀ ਫਲਾਹ ਕਰ ਦਿਓ ਮਤਲਬ ਕੋਈ ਚੀਜ਼ ਸਿੱਖ ਸ਼ਬਦ ਦੇ ਨਾਲ ਐਸੋਸੀਏਟ ਹੁੰਦੀ ਆ ਉਹਨੂੰ ਛੱਡਣਾ ਨਹੀਂ ਅੱਗ ਲਾ ਦੇਣੀਆਂ ਔਰ ਕੋਈ ਦਰਦ ਨਹੀਂ ਕੋਈ ਰਹਿਮ ਨਹੀਂ ਕੋਈ ਦਇਆ ਨਹੀਂ ਕੋਈ ਇਸ ਕਿਸਮ ਦੀ ਗੱਲ ਨਹੀਂ ਭਾਵਨਾ ਨਹੀਂ ਰੱਖਣੀ ਜੇ ਕੋਈ ਸਿੱਖ ਨਜ਼ਰ ਆ ਗਿਆ ਟੈਰ ਲਾਓ ਤੇਲ ਪਾਓ ਕੈਰੋਸਿਨ ਪਾਓ ਪੈਟਰੋਲ ਪਾਓ ਉਹਦੇ ਗਲ 'ਚ ਪਾ ਦਿਓ ਔਰ ਕਹੋ ਰਿੱਛ ਨਾ ਚੱਲੇ ਔਰਤਾਂ ਸਿੱਖਾਂ ਦੀਆਂ ਕੁੜੀਆਂ ਉਹਨਾਂ ਨੂੰ ਰੇਪ ਗੈਂਗਰੇਪ ਕੀਤਾ ਗਿਆ ਇੱਕ ਨਹੀਂ ਉਹਨਾਂ ਨੂੰ ਲਿਜਾ ਲਿਜਾ ਕੇ ਸੈਂਕੜੇ ਦੀ ਤਾਦਾਦ ਦੇ ਵਿੱਚ ਔਰ ਗਿਣਤੀ ਜਿਹੜੀ ਸਰਕਾਰ ਨੇ ਦਿੱਤੀ 3000 ਦਿੱਲੀ ਦਿੱਲੀ 'ਚ ਕਦੇ ਪਰ ਜਿਹੜੀ ਗਿਣਤੀ ਹੈ ਬਹੁਤ ਜ਼ਿਆਦਾ ਮੇਰੇ ਕੋਲ ਉਹਦੀ ਐਗਜੈਕਟ ਫਿਗਰ ਨਹੀਂ ਲੇਕਿਨ ਹਿੰਦੁਸਤਾਨ ਦੇ ਵਿੱਚ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਸਿੱਖਾਂ ਦੇ ਉੱਤੇ ਇਸ ਕਿਸਮ ਦੇ ਹਮਲੇ ਨਹੀਂ ਹੋਏ ਹੁਣ ਦੇਖੋ ਗਨ ਪਾਊਡਰ ਹੁੰਦਾ ਗਨ ਪਾਊਡਰ ਸਿਵਲੀਅਨ ਵਾਰਸ ਦੇ ਸਿਵਲੀਅਨ ਪਾਪੂਲੇਸ਼ਨ ਤੇ ਕਦੇ ਯੂਜ਼ ਹੁੰਦਾ ਦੁਨੀਆ 'ਚ ਇਹ UNO ਦਾ ਚਾਰਟਰ ਹੈ ਲੇਕਿਨ ਗਨ ਪਾਊਡਰ ਇਸਤੇਮਾਲ ਹੋਇਆ ਨਵੰਬਰ ਦੇ ਮੈਸੇਕਰ ਦੇ ਵਿੱਚ ਕਤਰੋ ਭਾਰਤ ਦੇ ਵਿੱਚ ਸਿੱਖਾਂ ਦਾ ਮਕਾਨ ਆ ਮਕਾਨ ਢਾਉਣਾ ਸੌਖਾ ਨਹੀਂ ਉਹ ਕੰਕਰੀਟ ਦੇ ਮਕਾਨ ਹੁੰਦੇ ਆ ਹਿੰਦੁਸਤਾਨ 'ਚ ਪਤਾ ਹੀ ਹੈ ਤੇ ਜੇ ਤੁਸੀਂ ਗਨ ਪਾਊਡਰ ਐਸਟ ਦੇ ਉਹਦੇ ਉੱਤੇ ਤੇ ਤੀਲੀ ਲਾ ਦਿਓ ਜਿਹੜਾ ਪੱਥਰ ਦਾ ਮਕਾਨ ਆ ਉਹ ਐਂਟਾਡੇਰੀ ਹੋ ਜਾਂਦਾ ਜਿਵੇਂ ਲੱਕੜ ਦਾ ਮਕਾਨ ਪੱਥਰ ਲਾ ਕੇ ਟੈਕਸ ਕਿੱਥੋਂ ਆਇਆ ਗਨ ਪਾਊਡਰ ਕਿਹਨੇ ਦਿੱਤਾ ਗਨ ਪਾਊਡਰ ਉਹਨਾਂ ਕੋਲ ਲਿਸਟਾਂ ਸੂਚੀਆਂ ਉਹਨਾਂ ਕੋਲ ਕਿ ਆਹ ਮਕਾਨ ਸਿੱਖ ਦਾ ਆਹ ਮਕਾਨ ਹਿੰਦੂ ਦਾ ਆਹ ਮਕਾਨ ਸਿੱਖ ਦਾ ਜਿਹਦੇ ਟੈਨੈਂਟ ਹਿੰਦੂ ਹੈ ਕਿਰਾਏਦਾਰ ਹਿੰਦੂ ਹੈ ਅਸੀਂ ਮਕਾਨ ਹੀ ਢਾਉਣਾ ਕਿਰਾਏਦਾਰ ਹਿੰਦੁਸਤਾਨ ਨਹੀਂ ਢਾਉਣਾ ਆਹ ਮਕਾਨ ਸਿੱਖ ਦਾ ਇਹਦੇ 'ਚ ਕਿਰਾਏਦਾਰ ਹਿੰਦੂ ਦਾ ਆਹ ਮਕਾਨ ਹਿੰਦੂ ਦਾ ਇਹਦੇ 'ਚ ਕਿਰਾਏਦਾਰ ਸਿੱਖ ਦਾ ਅਸੀਂ ਸਿੱਖ ਨੂੰ ਮਾਰਨਾ ਮਕਾਨ ਨੂੰ ਹੱਥ ਨਹੀਂ ਤਾਂ ਇਹ ਇੱਕ ਬਹੁਤ ਸੋਚੀ ਸਮਝੀ ਪਲੈਨਡ ਸਿਸਟਮੈਟਿਕਲੀ ਆਰਗੇਨਾਈਜ਼ਡ ਮੈਸੇਜ ਹੈ ਸਿੱਖਾਂ ਦਾ ਦੇਖੋ ਕਿੰਨੀ ਅਜੀਬ ਗੱਲ ਹੈ ਸੈਂਕੜੇ ਸਿੱਖ ਪੁਲਿਸ ਆਰਮੀ ਦੇ ਆਫਿਸਰ ਕੋਈ ਡਿਊਟੀ ਜਾ ਰਿਹਾ ਕੋਈ ਡਿਊਟੀ ਤੋਂ ਆਇਆ ਕਿੱਡਾ ਬੜਾ ਮੁਲਕਾ ਗੱਡੀ 'ਚ ਤਿੰਨ ਚਾਰ ਚਾਰ ਦਿਨ ਤੁਸੀਂ ਗੱਡੀ 'ਚ ਬੈਠੇ ਰਹਿੰਦੇ ਹੋ ਕਿਸੇ ਤੋਂ ਦੂਜੇ ਸਿਰੇ ਤਾਂ ਲੰਘ ਦੇ ਹੋ ਬਾਵਰਤੀ ਸਿੱਖ ਉਹੀ ਹਾਲ ਜੋ ਦਿੱਲੀ 'ਚ ਹੋਇਆ ਤਾਂ ਉਹ ਉਸ ਤੋਂ ਬਾਅਦ ਹੁਣ NDA ਦੀ ਜਿਹੜੀ ਸਰਕਾਰ ਆ ਇੱਕ ਸਵਾਲ ਹੋ ਗਿਆ ਪਾਰਲੀਮੈਂਟ 'ਚ ਖੜਾ ਕਿ ਸਾਨੂੰ ਇਹ ਦੱਸੋ NDA ਦੀ ਸਰਕਾਰ ਦੇ ਵਿੱਚ ਬਾਦਲ ਸਾਹਿਬ ਪਰਿਵਾਰ ਇਹ ਦੱਸੋ ਕਿ ਕਿੰਨੇ ਫੌਜੀ ਮਾਰੇ ਗਏ ਉਹਨਾਂ ਦੀ ਤਾਂ ਲਿਸਟ ਤੁਹਾਡੇ ਕੋਲ ਹੋਏਗੀ ਤਾਂ ਉਹ ਕਹਿਣ ਲੱਗੇ ਅਸੀਂ ਲਿਸਟ ਜੋਬ ਫਟਾਉਂਦੇ ਸੀ ਡਿਫੈਂਸ ਮਿਨਿਸਟਰ ਇੰਡੀਆ ਦੇ ਕਹਿਣ ਲੱਗੇ ਅਸੀਂ ਤੁਹਾਨੂੰ ਲਿਸਟ ਨਹੀਂ ਦੇਣੀ ਇਹਦੇ ਨਾਲ ਸਿੱਖਾਂ ਦੇ ਵਿੱਚ ਅਨਸੈਸਰੀ ਰੋਸ ਪੈਦਾ ਤੁਹਾਨੂੰ ਮਾਰਿਆ ਤੁਹਾਨੂੰ ਰੋਣ ਵੀ ਨਹੀਂ ਦਿੱਤਾ ਤੁਹਾਨੂੰ ਪਿੱਟਣ ਵੀ ਨਹੀਂ ਦਿੱਤਾ ਤੁਹਾਨੂੰ ਆਪਣੇ ਆਪ ਨੂੰ ਯਾਦ ਵੀ ਨਹੀਂ ਕਰਨ ਦਿੱਤਾ ਕਿਸ ਕਿਸਮ ਦਾ ਇਹ ਸਾਰਾ ਜਿਹੜਾ ਕਤਲਾ ਕਰਨਾ ਇਹ ਬਹੁਤ ਤਰੀਕੇ ਨਾਲ ਹੋ ਗਿਆ ਕਿਸੇ ਸਮਝ ਨਾਲ ਹੋ ਗਿਆ ਤੁਹਾਨੂੰ ਲੁੱਟ ਲਿਆ
ਤੁਹਾਨੂੰ ਕੁਸੁੱਟ ਲਿਆ, ਫਿਰ ਤੁਹਾਡੇ ਦਿਮਾਗ ਦੇ ਵਿੱਚ ਐਸੀ ਸਾਈਕੀ ਦੇ ਤੌਰ ਤੇ ਪਾਤੀ, ਕੌਣ ਕਸੂਰਵਾਰ? ਸਿੱਖ ਕਸੂਰਵਾਰ। ਕੌਣ ਕਸੂਰਵਾਰ? ਜਰਨੈਲ ਸਿੰਘ ਪਿੰਡਰਾ ਵਾਲਾ ਕਸੂਰ। ਕੌਣ ਕਸੂਰਵਾਰ? ਉਹ 10-15-20 ਬੰਦੇ ਉਹਦੇ ਨਾਲ, ਕਿਉਂਕਿ ਉਹਨਾਂ ਕੋਲ ਛੋਟੀਆਂ ਮੋਟੀਆਂ ਬੁੱਢੀ ਕੁੜੀਆਂ ਜੀ ਸੀ। ਮਤਲਬ ਇਸ ਕਿਸਮ ਦੀ ਸਾਈਕੀ ਕ੍ਰੀਏਟ ਕੀਤੀ, ਇਸ ਕਿਸਮ ਦਾ ਸਾਈਕੋਸਿਸ ਕ੍ਰੀਏਟ ਕੀਤਾ ਗਿਆ ਕਿ ਸਿੱਖ ਹੀ ਸਮਝੇ ਵੀ ਮੈਂ ਗੁਨਾਹਗਾਰ ਹਾਂ, ਜੇ ਮੇਰੇ ਤੇ ਮਾਰ ਪਈ ਤਾਂ ਮੈਂ ਡਿਜ਼ਰਵ ਕਰਾਂ। ਗੁਨਾਹਗਾਰ ਉਹ ਨਹੀਂ ਹੈ। ਜੇ ਪਾਣੀਆਂ ਦਾ ਰੌਲਾ ਕੀ ਹੈ, ਸਿੱਖ ਕੀ ਜਵਾਬ ਦਿੰਦਾ? ਪਾਣੀਆਂ ਦੀ ਵੰਡ ਦਾ ਰੌਲਾ, ਉਹ ਵੰਡਦਾ ਹੋਊਗੀ। ਪਾਣੀਆਂ ਦੇ ਸ਼ੇਰਿਕ ਦਾ ਰੌਲਾ, ਸ਼ੇਰਿਕਾਂ ਦੀ ਹੁੰਦੀ ਹੈ ਦੁਨੀਆਂ, ਕਿਹੜਾ ਸ਼ੇਰ ਹੁੰਦਾ ਦੁਨੀਆਂ? ਤੋ ਇਹ ਸਾਰੀ ਘਟਨਾਕ੍ਰਮ ਦੇ ਵਿੱਚ ਹੁਣ ਮੈਂ ਤੁਹਾਨੂੰ ਦੱਸ ਰਿਹਾ, ਇਹ ਸਾਰਾ ਕੁਛ ਹੋਣ ਦੇ ਬਾਅਦ ਸਭ ਤੋਂ ਵੱਡੀ ਟ੍ਰੈਜਡੀ ਹਲੇ ਬਾਕੀ ਹੈ, ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਾਂ। ਥੱਕ ਤਾਂ ਨਹੀਂ ਗਏ? ਨਹੀਂ ਨਹੀਂ। ਸਭ ਤੋਂ ਵੱਡੀ ਜਿਹੜੀ ਟ੍ਰੈਜਡੀ ਹੈ ਉਹਦੀ ਗੱਲ ਮੈਂ ਹੁਣ ਤੁਹਾਡੇ ਨਾਲ ਕਰਾਂ। ਦਰਬਾਰ ਸਾਹਿਬ ਦੇ 75 ਹੋਰ ਗੁਰਦੁਆਰੇ ਜਿੱਥੇ ਨਾ ਜਰਨੈਲ ਸਿੰਘ, ਨਾ ਕੋਈ ਬੰਦੂਕ, ਨਾ ਕੋਈ ਹੋਰ ਵਿਰੋਧ, ਸਾਰਾ ਉਸੇ ਤਰੀਕੇ ਨਾਲ ਉਹੀ ਘਟਨਾਕ੍ਰਮ ਜੋ ਦਰਬਾਰ ਸਾਹਿਬ 'ਚ ਹੋਇਆ। 74 ਹੋਰ ਗੁਰਦੁਆਰੇ, ਦੁੱਖ ਨਿਵਾਰਨ 'ਚ ਕਿਹੜਾ ਜਰਨੈਲ ਸਿੰਘ ਬੈਠਾ ਸੀ, ਦੁੱਖ ਨਿਵਾਰਨ 'ਚ ਕਿਹੜਾ ਦਲ ਗੁਰੂ ਸੀ, ਉੱਥੇ ਵੀ ਉਹੀ ਹਾਲ ਹੋਇਆ, ਉੱਥੇ ਬੰਦੇ ਮਾਰੇ ਗਏ। ਤੋ ਹੋਰ ਵੀ ਗੁਰਦੁਆਰਿਆਂ 'ਤੇ ਵੀ ਇਸੇ ਤਰੀਕੇ ਨਾਲ ਗੈਰਮੈਨ ਦਿੱਤੀ ਹੈ, ਸਿਸਟਮ ਆ ਗਈ। ਤਾਂ ਉਸ ਤੋਂ ਬਾਅਦ ਇੱਕ ਬਹੁਤ ਇੰਪੋਰਟੈਂਟ ਇਵੈਂਟ ਹੁੰਦੀ ਆ ਸਿੱਖ ਇਤਿਹਾਸ ਦੇ ਵਿੱਚ, ਜਿਹਦਾ ਸਿੱਖਾਂ ਨੂੰ ਬਹੁਤਿਆਂ ਨੂੰ ਪਤਾ ਨਹੀਂ, ਉਹ ਕੀ ਹੈ ਕਿ ਇੱਕ ਰਾਜੀਵ ਲੌਂਗੋਵਾਲ ਅਕਾਰਡ ਜਿਹਨੂੰ ਕਹਿੰਦੇ ਆ ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਉਸ ਅਕਾਰਡ ਦੇ ਵਿੱਚ ਤੁਸੀਂ ਦੁਨੀਆਂ ਦੇ ਇਤਿਹਾਸ ਪੜ੍ਹੇ ਹੋਏ ਆ, ਜੇ ਨਹੀਂ ਪੜ੍ਹੇ ਤਾਂ ਮੈਂ ਤੁਹਾਨੂੰ ਦੱਸਦਾ ਇੱਕ ਬੇਸਿਕ ਪ੍ਰਿੰਸੀਪਲ, ਦੋ ਕੌਮਾਂ ਲੜਨ ਤੋਂ ਬਾਅਦ ਜਿਹੜੀ ਹਾਰੀ ਹੋਈ ਕੌਮ ਆ, ਜੇ ਉਹ ਲਿਖ ਕੇ ਦੇ ਦੇਵੇ ਵੀ ਮੇਰਾ ਕਸੂਰ ਸੀ, ਮੈਂ ਤੋਂ ਗੁਨਾਹ ਹੋਇਆ, ਉਸ ਦਿਨ ਉਹ ਲੜਾਈ ਦੇ ਮੈਦਾਨ 'ਚ ਇਰਾਕ ਨੂੰ ਪਿੱਟਿਆ ਗਿਆ, 1,00,000 ਉੱਥੇ ਲੋਕ ਔਰਫਨੇਜਿਸ 'ਚ ਬੈਠੇ ਆ ਜਾਂ ਵਿਧਵਾ ਹੋਈਆਂ ਔਰਤਾਂ ਬੈਠੀਆਂ। ਇਰਾਕ ਦੀ ਕਿਸੇ ਗਵਰਨਮੈਂਟ ਨੇ ਇਹ ਨਹੀਂ ਦਿੱਤਾ ਅਮੈਰੀਕਾ ਨੂੰ ਦੇਖ ਕੇ ਕਿ ਸਾਡਾ ਕਸੂਰ ਸੀ। ਉਸ ਦਿਨ ਕੌਮ ਮਾਰਕਣ ਦੀ, ਜਿਸ ਦਿਨ ਕੌਮ ਇਹ ਲਿਖ ਕੇ ਦੇ ਦੇ ਵੀ ਮੈਂ ਗੁਨਾਹਗਾਰ ਹਾਂ, ਮੈਂ ਜੋ ਗਲਤੀ ਕੀਤੀ ਉਹ ਤੁਹਾਡੇ ਅਰਪਣ ਹੈ, ਇਹ ਦਿੱਤਾ ਗਿਆ ਅਕਾਰਡ ਦੇ ਵਿੱਚ ਲੌਂਗੋਵਾਲ, ਬਰਨਾਲਾ ਸਾਹਿਬ ਤੇ ਬਲਵੰਤ ਸਿੰਘ ਤਿੰਨਾਂ ਨੇ ਲਿਖ ਕੇ ਦਿਆ। ਕੀ ਦਿਆ ਹੈ ਲਿਖ ਕੇ? ਬੜੀ ਦਰਦਨਾਕ ਗੱਲ, ਬੜੀ ਸੁਪਟੀਟੀ ਦੀ ਗੱਲ, ਬੜੀ ਬਿਟਰੇਲ ਦੀ ਗੱਲ। ਮੈਂ ਸਮਝ ਲਓ ਉਹਨਾਂ ਨੇ ਤਾਂ ਤੁਹਾਡੇ ਬਿਟਰੇਲ ਕਰਨੀ ਸੀ, ਕਿਹੋ ਜਿਹਾ ਅਸੀਂ ਸਾਡੇ ਆਪਣੇ ਨਹੀਂ ਬਿਟਰੇਲ, ਜਿਹਨੂੰ ਤੁਸੀਂ ਸੰਤ ਕਹਿੰਦੇ ਉਹਨੇ ਤੁਹਾਡਾ ਪੱਟੀ ਮੇਸ ਕਰ ਕੀ ਕਰ ਦਿੱਤੀ? ਉਸ ਮੇਰਾ ਸਾਰਾ ਅਕਾਊਂਟ 'ਤੇ ਇੱਕ ਕਲੋਜ ਦਿੱਤੀ ਵੀ ਹੂ ਹੂ ਉਸੇ ਤਰੀਕੇ ਨਾਲ, ਜੇ ਮੈਂ ਗਲਤ ਗੱਲ ਕਰ ਦਿੰਦਾ ਕਿਤਾਬ 'ਚ ਮੈਨੂੰ ਉਹਨਾਂ ਨੇ ਅੰਦਰ ਛੱਡ ਦੇਣਾ, ਲਾ ਕੇ ਕਾਲੇ ਕਾਨੂੰਨ ਮੈਨੂੰ ਹਲੇ ਤੱਕ ਮੈਂ ਉੱਥੇ ਅੰਦਰ ਹੀ ਬੈਠੀ, ਮੈਂ ਕੋਈ ਗਲਤ ਗੱਲ ਨਹੀਂ ਕੀਤੀ, ਹਰ ਇੱਕ ਫੈਕਟ ਦਿੱਤਾ। ਤਾਂ ਉਸ ਅਕਾਊਂਟ ਦੇ ਵਿੱਚ ਇਹ ਲਿਖ ਕੇ ਦਿੱਤਾ ਕਿ ਅਸੀਂ ਇਸ ਵਾਰੀ ਆ ਤੁਹਾਨੂੰ ਆਪ ਹੀ ਵੱਟ ਕੇ ਦਿੰਦੇ। ਕੈਸੀ ਅਜੀਬ ਗੱਲ, ਦਰਬਾਰ ਸਾਹਿਬ ਤੇ ਅਟੈਕ ਹੋ ਗਿਆ, ਹਜ਼ਾਰਾਂ ਲੱਖਾਂ ਬੇਗੁਨਾਹ ਸਿੱਖ ਮਾਰੇ ਗਏ, ਤੁਹਾਡਾ ਸਭ ਕੁਛ ਲੁੱਟ ਗਿਆ, ਤੁਹਾਡੀ ਇੱਜ਼ਤ ਖਤਮ ਹੋ ਗਈ, ਤੁਹਾਡੀਆਂ ਬੀਬੀਆਂ ਨੂੰ ਚੱਕ ਕੇ ਲੈ ਗਏ, ਤੁਹਾਡੇ ਬੱਚਿਆਂ ਨੂੰ ਔਰਫਨੇਜ ਵਿੱਚ, ਕ੍ਰਿਸਚਨ ਔਰਫਨੇਜ ਵਿੱਚ ਕੈਲਕਟਾ ਪਹੁੰਚਾਤਾ, ਤੁਹਾਡੇ ਬੱਚੇ ਨੇ ਦਿੱਲੀ ਦੇ ਔਰਫਨੇਜ ਵਿੱਚ ਆ, ਮੇਰੇ ਕੋਲ ਐਵੀਡੈਂਸ ਆ, ਉਹ ਵੀ ਮੈਂ ਦਿੱਤਾ। ਤੋ ਉਸ ਤੋਂ ਬਾਅਦ ਤੁਸੀਂ ਇਹ ਕਹਿੰਦੇ ਹੋ ਇਸ ਵਾਰੀ ਦੇ ਤੁਸੀਂ ਪੱਟ ਕੇ ਦੇਣਾ, ਪੱਟ ਨਹੀਂ ਸੀ ਸਕਦੇ ਹਿੰਦੁਸਤਾਨ ਦੀ ਸਰਕਾਰ ਇਸ ਵਾਰੀ, ਜੇ ਲੌਂਗੋਵਾਲ ਬਰਨਾਲਾ ਤੇ ਬਲਵੰਤ ਸਿੰਘ ਇਹ ਲਿਖ ਕੇ ਨਾ। ਉਹ ਔਰ ਫਿਰ ਦੇਖੋ ਉਹਨਾਂ ਨੇ ਕਿਹਾ ਲਓ ਜੀ, ਉਹ ਕਿਹਾ ਕਿ ਅਸੀਂ ਜਿਹੜੇ 84 ਦੇ ਦੰਗੇ ਲਫ਼ਜ਼ ਉਹਦੇ 'ਚ ਲਿਖੇ ਗਏ ਅਕਾਰਡ 'ਚ, ਇੰਗਲਿਸ਼ ਆ ਸਾਰੀ, ਉਹ ਬੜੀ ਸਿੰਪਲ ਲੈਂਗੁਏਜ ਆ, ਤੁਸੀਂ ਪੜ੍ਹ ਸਕਦੇ ਹੋ। ਉਸ ਅਕਾਰਡ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇੰਨਾ ਹੀ ਕਰ ਸਕਦੇ ਹਾਂ ਟੂ ਗੋ ਇਨ ਟੂ ਦੀ ਕੋਜ਼ਿਸ ਆਫ ਦੀ ਰਾਇਟਸ ਆਫ 1980। ਸਿਰਫ ਤੁਹਾਨੂੰ ਅਸੀਂ ਕਾਰਨ ਦੱਸਾਂਗੇ, ਔਰ ਕਾਰਨ ਕੀ ਹੋਏਗਾ, ਤੁਸੀਂ ਹੀ ਮੁਲਜ਼ਮ ਹੋ, ਤੁਸੀਂ ਹੀ ਕਚਹਿਰੀ ਚ ਖੜ ਜਾਓਗੇ ਦੁਪਹਿਰੇ ਦੇ ਵਿੱਚ। ਉਹਦੇ ਚ ਸਜ਼ਾਵਾਂ ਦਾ ਕਿਤੇ ਰੈਫਰੈਂਸ ਨਹੀਂ, ਪੜ੍ਹ ਕੇ ਦੇਖ, ਇੱਕ ਜਗ੍ਹਾ ਨਹੀਂ ਇਹ ਰੈਫਰੈਂਸ
ਵੀ ਅਸੀਂ ਉਹਨਾਂ ਨੂੰ ਸਜ਼ਾਵਾਂ ਦੇਣ ਲਈ ਕੋਈ ਇਨਕੁਆਇਰੀ ਕਮਿਸ਼ਨ ਅਪਾਇੰਟ ਕੀਤਾ ਜਾਂ